बिग बॉस 13 ਦੇ ਵਿੱਚ ਹੋ ਚੁੱਕੀ ਹੈ ਦੇਵੋਲੀਨਾ ਦੀ ਐਂਟਰੀ ਪਰ ਐਜ਼ ਅ ਕੰਟੈਸਟੈਂਟ ਨਹੀਂ ਇਸ ਵਾਰ ਦੇਵੋਲੀਨਾ ਆਈ ਹੈ ਘਰ ਵਾਲਿਆਂ ਲਈ ਟਾਕ ਸ਼ੋਅ ਲੈ ਕੇ ਜਿਸ ਦਾ ਨਾਮ ਹੈ OMG ਵਿਦ ਦੇਵੋਲੀਨਾ ਬਿਗ ਬੌਸ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਦੇਵੋਲੀਨਾ ਘਰ ਵਿੱਚ ਐਂਟਰੀ ਮਾਰਦੀ ਹੈ ਤਾਂ ਘਰ ਵਾਲੇ ਉਸ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਨ ਤੇ ਦੇਵੋਲੀਨਾ ਕਹਿੰਦੀ ਹੈ ਕਿ ਉਹ ਲੈ ਕੇ ਆਈ ਹੈ ਸਾਰਿਆਂ ਲਈ ਇੱਕ ਟਾਸਕ ਜਿਹੜਾ ਕਿ ਟਾਕ ਸ਼ੋਅ ਹੋਵੇਗਾ ਜਿਸ ਵਿੱਚ ਉਹ ਘਰ ਦੇ ਮੈਂਬਰਸ ਨੂੰ ਆਪਣੇ ਟਾਕ ਸ਼ੋਅ OMG ਵਿਦ ਦੇਵੋਲੀਨਾ ਵਿੱਚ ਬੁਲਾਵੇਗੀ ਤੇ ਸਵਾਲ ਜਵਾਬ ਕਰੇਗੀ ਸ਼ੋਅ ਵਿੱਚ ਦੇਵੋਲੀਨਾ ਬੁਲਾਉਂਦੀ ਹੈ ਰਸ਼ਮੀ ਦੇਸਾਈ ਨੂੰ ਦੇਵੋਲੀਨਾ ਨੇ ਰਸ਼ਮੀ ਨਾਲ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਜਿਸ ਵਿੱਚ ਉਹ ਰਸ਼ਮੀ ਤੇ ਅਹਿਰਾਨ ਦੇ ਰਿਸ਼ਤੇ ਬਾਰੇ ਗੱਲਬਾਤ ਕਰਨਾ ਸ਼ੁਰੂ ਕਰਦੀ ਹੈ ਦੇਵੋਲੀਨਾ ਉਹੀ ਗੱਲ ਦੁਹਰਾਉਂਦੀ ਹੈ ਕਿ ਅਹਿਰਾਨ ਇੱਕ ਬੱਚੇ ਦਾ ਪਿਓ ਹੈ ਤੇ ਇੰਨੀ ਵੱਡੀ ਗੱਲ ਉਹਨਾਂ ਨੇ ਤੁਹਾਡੇ ਤੋਂ ਛੁਪਾਈ ਤੇ ਤੁਸੀਂ ਉਹਨੂੰ ਨਜ਼ਰ ਅੰਦਾਜ਼ ਹੀ ਕਰ ਦਿੱਤਾ ਨਾਲ ਹੀ ਨਾਲ ਦੇਵੋਲੀਨਾ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਤੁਹਾਡੀ ਜਗ੍ਹਾ ਹੁੰਦੀ ਤਾਂ ਮੈਂ ਬਿਨਾਂ ਸਾਬੂਨ ਦੇ ਹੀ ਉਹਨਾਂ ਨੂੰ ਧੋ ਦਿੰਦੀ ਇਹੀ ਨਹੀਂ ਗੱਲਾਂ ਵਿੱਚ ਦੇਵੋਲੀਨਾ ਨੇ ਰਸ਼ਮੀ ਨੂੰ ਬਹੁਤ ਕੁਝ ਸੁਣਾਇਆ ਦੇਵੋਲੀਨਾ ਨੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਕੋਈ ਬੰਦਾ ਤੁਹਾਡੇ ਮੁਸੀਬਤ ਵੇਲੇ ਤੁਹਾਡੇ ਸਾਥ ਨਿਭਾਉਂਦਾ ਹੈ ਤਾਂ ਜ਼ਰੂਰੀ ਨਹੀਂ ਉਹ ਵਧੀਆ ਹੀ ਹੋਵੇ ਕਿਤੇ ਨਾ ਕਿਤੇ ਉਹ ਤੁਹਾਡਾ ਐਡਵਾਂਟੇਜ ਲੈਣ ਲਈ ਵੀ ਇਹ ਸਭ ਕੁਝ ਕਰ ਰਿਹਾ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਸ਼ਮੀ ਦੇਸਾਈ ਤੇ ਦੇਵੋਲੀਨਾ ਬਹੁਤ ਹੀ ਕਰੀਬੀ ਦੋਸਤ ਹਨ ਤੇ ਜਦੋਂ ਦੇਵੋਲੀਨਾ ਘਰ ਵਿੱਚ ਸੀ ਤਾਂ ਰਸ਼ਮੀ ਤੇ ਦੇਵੋਲੀਨਾ ਦਾ ਬੌਂਡ ਵੀ ਕਾਫੀ ਸਟਰੋਂਗ ਰਿਹਾ ਸੀ ਕੀ ਪਤਾ ਸ਼ਾਇਦ ਇਸ ਲਈ ਉਹ ਆਪਣੀ ਦੋਸਤ ਨੂੰ ਇਸ਼ਾਰੇ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਹੋਵੇ ਤੁਹਾਡਾ ਕੀ ਵਿਚਾਰ ਹੈ ਦੇਵੋਲੀਨਾ ਦੀ ਇਸ ਗੱਲ ਉੱਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਨਿਊਜ਼ ਡੈਸਕ ਤੋਂ ਹਲੀਮ ਸਾਨੀ ਦੀ ਰਿਪੋਰਟ ਚੱਦਿਕਲਾ ਟਾਈਮ ਟੀਵੀ